ਇਹਦਾ ਸਾਰਿਆਂ ਮਨ ਤੋਂ ਬੋਲ ਵਾਹਿਗੁਰੂ, ਇਹਦਾ ਸਾਰਿਆਂ ਦੁੱਖਾਂ ਦਾ ਦਾਰੂ ਮਨ ਤੋਂ ਬੋਲ ਵਾਹਿਗੁਰੂ, ਮਨ ਤੋਂ ਬੋਲ ਵਾਹਿਗੁਰੂ, ਮਨ ਤੋਂ ਬੋਲ ਵਾਹਿਗੁਰੂ। ਦੁੱਖ ਰੋਗ ਸੰਤਾਪ ਉਤਰੇ, ਕਿੱਡੀ ਵੱਡੀ ਗਰੰਟੀ ਦਿੱਤੀ ਹੈ ਜੀ। ਦੁੱਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਪਰਮੇਸ਼ਰ ਦੇ ਨਾਮ ਦੇ ਵਿੱਚ, ਬਾਣੀ ਦੇ ਵਿੱਚ ਇੰਨੀ ਤਾਕਤ ਹੈ, ਇੰਨੀ ਤਾਕਤ ਹੈ ਸਾਧ ਸੰਗਤ। ਔਰ ਇਹ ਮੈਂ ਨਹੀਂ ਕਹਿ ਰਿਹਾ, ਭਾਈ ਗੁਰਸ਼ਰਨ ਸਿੰਘ ਨਹੀਂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ। ਦੁੱਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਭਾਵੇਂ ਦੁਨਿਆਵੀ ਮਨਸਾ ਹੋਵੇ, ਭਾਵੇਂ ਦਰਗਾਹੀ ਮਨਸਾ ਹੋਵੇ, ਸਾਧ ਸੰਗਤ ਕੋਈ ਬਾਣੀ ਦਾ ਪੱਲਾ ਪਕੜੇ ਔਰ ਪ੍ਰੇਮ ਨਾਲ ਪਕੜੇ। ਯਕੀਨ ਜਾਣਨਾ, ਜਦੋਂ ਭਾਵਨੀ ਦੇ ਨਾਲ ਭਰੋਸੇ 'ਚ ਬਹਿ ਜਾਓਗੇ, ਟਿਕ ਜਾਓਗੇ ਕਿ ਹੁਣ ਆਈ ਹੈ, ਬਸ ਆਈ ਹੈ। ਜਦੋਂ ਬਾਣੀ ਦੇ ਭਰੋਸੇ 'ਤੇ, ਸ਼ਬਦ ਦੇ ਭਰੋਸੇ 'ਤੇ ਬਹਿ ਗਏ, ਫਿਰ ਸ਼ਬਦ ਵਰਤਦਾ ਜੇ ਸੱਚ ਸ਼ਬਦ ਵਰਤਦਾ। ਹਾਂ, ਜੇ ਟੈਸਟ ਲੈਣ ਨੂੰ ਆ ਗਏ ਜੀ, ਦੇਖਦੇ ਹਾਂ, ਫਿਰ ਦੇਖਦਾ ਹੀ ਰਹੀ ਆਖੋ ਸਤਨਾਮ, ਸਮਝ ਰਹੇ ਹੋ, ਦੇਖਦੇ ਹਾਂ ਉਹਦੇ ਨਾਲ ਵਰਤਿਆ, ਮੇਰੇ ਨਾਲ ਵਰਤਦੀ ਹੈ ਬਾਣੀ ਕੀ ਨਹੀਂ, ਦੇਖਦੇ ਹਾਂ ਨਹੀਂ ਵਰਤੇਗੀ, ਕਿਉਂ ਭਰੋਸਾ ਹੀ ਨਹੀਂ ਹੈ। ਉਹਦੇ ਨਾਲ ਵਰਤੀ, ਮੇਰੇ ਨਾਲ ਵੀ ਵਰਤੇਗੀ, ਇਹ ਹੈ ਭਰੋਸਾ। ਆਖੋ ਸਤਨਾਮ ਵਾਹਿਗੁਰੂ। ਉਹਦੇ ਨਾਲ ਬਾਣੀ ਵਰਤੀ ਹੈ, ਪਤਾ ਨਹੀਂ ਮੇਰੇ ਨਾਲ ਵਰਤੇਗੀ ਕਿ ਨਹੀਂ, ਨਹੀਂ ਵਰਤਣੀ ਸਾਸ, ਲਿਖ ਲਿਖ ਜਾਓ, ਭਰੋਸਾ ਹੀ ਨਹੀਂ। ਜਿਸ ਡਾਕਟਰ ਦੀ ਦਵਾਈ ਦੇ ਉੱਪਰ ਭਰੋਸਾ ਨਾ ਹੋਵੇ ਸਾਧ ਸੰਗਤ ਜੀ, ਉਹ ਡਾਕਟਰ ਦੀ ਦਵਾਈ ਲੱਗਦੀ ਨਹੀਂ ਜੀ, ਇਹ ਡੈਡ ਸ਼ੋਰ, ਲੱਗਦੀ ਨਹੀਂ। ਦੁਨੀਆ ਵਾਸਤੇ ਉਹ ਡਾਕਟਰ ਦੀ ਦਵਾਈ ਸਾਧ ਸੰਗਤ ਆਲਾ ਹੈ, ਪਰ ਜੋ ਤੁਸੀਂ ਕਹਿੰਦੇ ਦੇਖਦੇ ਹਾਂ, ਮੈਨੂੰ ਲੱਗਦੀ ਹੈ ਕਿ ਮੈਨੂੰ ਲੱਗੇ ਤਾਂ ਮੈਂ ਮੰਨਾ, ਆਖੋ ਸਤਨਾਮ, ਮੈਨੂੰ ਲੱਗੇ ਤਾਂ ਮੈਂ ਮੰਨਾ, ਏਦਾਂ ਕਹਿੰਦੇ ਜੇ ਮੇਰੇ ਨਾਲ ਬਾਣੀ ਵਰਤੇ ਤਾਂ ਰੱਬ ਨੂੰ ਮੰਨਾ ਨਾ ਬਈ, ਪਹਿਲੇ ਮਨ ਇੱਥੇ ਤਾਂ ਖੇਲ ਹੀ ਇਹੀ ਹੈ, ਪਹਿਲੇ ਮੰਨਣਾ ਪਏਗਾ ਫਿਰ ਕਾਰਜ ਸਵਰੇਗਾ, ਆਖੋ ਸਤਨਾਮ। ਇੱਥੇ ਤੂੰ ਨਹੀਂ ਚੈੱਕ ਕਰ ਸਕਦਾ, ਇੱਥੇ ਤੂੰ ਨਹੀਂ ਚੈੱਕ ਕਰ ਸਕਦਾ, ਕਸਵੱਟੀ ਉਹਨੇ ਲਾਣੀ ਹੈ, ਕਸਵੱਟੀ ਤੂੰ ਨਹੀਂ ਲਾ ਸਕਦਾ, ਸਾਡੇ ਹੱਥ ਥੱਲੇ ਕੁਝ ਨਹੀਂ ਹੈ, ਜੋ ਕੁਝ ਹੈ ਘਰ ਤਾਂ ਤੇਰਾ,
ਸਭ ਕੁਝ ਹੈ। ਜਿਸ ਦੇ ਕਸਵੱਟੀ ਲਾਣ ਦਾ ਹੱਕ ਕੇਵਲ ਵਾਹਿਗੁਰੂ ਨੂੰ ਸਾਨੂੰ ਨਹੀਂ ਹੈ। ਮੈਂ ਤਾਂ ਮੰਨਾ ਇਹਦਾ ਕਸਵੱਟੀ, ਮੈਂ ਤਾਂ ਮੰਨਾ, ਤੇ ਜੇ ਅੱਗੋਂ ਆਵਾਜ਼ ਆ ਗਈ ਨਾ ਮੰਨ, ਮੈਂ ਕੀ ਲੈਣਾ ਬਣਾ ਕੇ ਆਖੋ ਸਤਨਾਮ। ਗੁਰੂ ਨਾਨਕ ਨੇ ਕਹਿਣਾ ਨਾ ਮੰਨ, ਨਾ ਮੰਨ, ਮੈਂ ਕੀ ਲੈਣਾ ਬਣਾ ਕੇ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਤੇਰੇ ਕਹਿਣ ਦੇ ਨਾਲ ਉਹ ਵੱਡਾ ਹੋ ਜਾਏਗਾ, ਉਹਦੀ ਸ਼ਖਸੀਅਤ ਵੱਡੀ ਹੋ ਜਾਏਗੀ, ਨਾ ਤੇਰੇ ਕਹਿਣ ਦੇ ਨਾਲ ਉਹਦੀ ਅਜ਼ੀਮ ਸ਼ਖਸੀਅਤ ਘੱਟ ਜਾਏਗੀ। ਨਾ ਹੋਈ, ਇਹ ਤਾਂ ਅਸੀਂ ਕਵਾਂਗੇ ਤੇ ਆਪਣਾ ਭਲਾ ਕਰਾਂਗੇ, ਆਪ ਦਾ ਭਲਾ ਕਰਾਂਗੇ। ਆ ਡਾਕਟਰ ਦੇ ਹੱਟੀ ਚੋਂ ਜਿਹੜਾ ਸ਼ਰਧਾ ਦੇ ਨਾਲ ਆ ਕੇ ਬਹਿੰਦਾ, ਮਹਾਰਾਜ ਦਵਾਈ ਦਿੰਦੇ ਨੇ ਸ਼ਬਦ ਦੀ, ਖਾਂਦਾ ਰਾਜੀ ਹੋ ਕੇ ਤੁਰ ਪੈਂਦਾ। ਬੇਵਿਸ਼ਵਾਸਾ ਆਇਆ ਹੈ, ਬੇਭਰੋਸਾ ਆਇਆ ਹੈ, ਸਾਸ ਨਹੀਂ ਗੱਲ ਬਣਨੀ, ਸੱਚਾਈ ਮੇਰੇ ਨਾਲ ਤਾਂ ਬਾਣੀ ਵਰਤੀ ਨਹੀਂ। ਕਿਤੇ ਸਿਦਕ ਜੇ ਬਹਿ ਗਿਆ ਹੁੰਦਾ ਤੇ ਵੱਡੇ ਵੱਡੇ ਰੋਗ ਰਾਜੀ ਹੁੰਦੇ ਵੇਖੇ ਗਏ ਨੇ। ਆਖੋ ਸਤਨਾਮ, ਰਾਜੀ ਹੁੰਦੇ ਵੇਖੇ ਗਏ। ਸਤ ਸੰਗਤ ਕੰਨੀ ਹੱਥ ਲੱਗਦੇ ਨੇ, ਕੰਨੀ ਹੱਥ ਲੱਗਦੇ। ਜਦੋਂ ਅੱਗੇ ਦੀ ਹੋ ਕੇ ਕੋਈ ਆ ਕੇ ਕਹਿੰਦਾ ਨਾ ਜੀ, ਜਦੋਂ ਬਾਣੀ ਦਾ ਆਸਰਾ ਤੱਕਿਆ, ਅੰਮ੍ਰਿਤ ਵੇਲੇ ਦਾ ਆਸਰਾ ਤੱਕਿਆ, ਆ ਕਾਰਜ ਰਾਸ ਹੋ ਗਿਆ, ਆ ਰੋਗ ਦੂਰ ਹੋ ਗਿਆ, ਆ ਕਿਰਪਾ ਹੋ ਗਈ, ਆ ਕਿਰਪਾ ਹੋ ਗਈ, ਅੱਖਾਂ ਖੁੱਲ ਜਾਂਦੀਆਂ। ਐਵੇਂ ਨਹੀਂ ਸਾਧ ਸੰਗਤ ਇੱਕ ਠੋਕ ਕੇ ਗਈ ਨਹੀਂ, ਬਾਣੀ ਚ ਬਹੁਤ ਤਾਕਤ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ, ਦੁੱਖ ਤੇ ਰੋਗ ਡੇਰੇ ਦੇ ਡੇਰੇ ਭੰਨੇ ਜਾਂਦੇ, ਪਰ ਕੋਈ ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ ਹੋਵੇ ਸਾਧ ਸੰਗਤ। ਹੌਲੀ 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 ਕਰਮ ਕੱਟਦੇ ਜਾਂਦੇ ਨੇ। ਯਕੀਨ ਰੱਖ ਲਿਓ ਮੇਰੀ ਗੱਲ ਤੇ, ਯਕੀਨ ਕਰ ਲਿਓ ਸਤ ਸੰਗਤ ਜੀ, ਸਤਿਗੁਰ ਜੀ ਇਹ ਆਪ ਗਵਾਹੀ ਦਿੰਦੇ ਪਏ। ਜਿਵੇਂ ਜਿਵੇਂ ਬਾਣੀ ਪੜੇਗਾ, ਸਿਮਰਨ ਕਰੇਗਾ ਨਾ, ਤੇਰੀਆਂ ਵੱਡੀਆਂ ਛੋਟੀਆਂ ਹੁੰਦੀਆਂ ਜਾਣਗੀਆਂ। ਸੱਚ ਛੋਟੀਆਂ ਵੱਡੀਆਂ ਜੋ ਦੋ ਸਾਲ ਦਾ ਕਿਧਰੇ ਭੋਗਣਾ ਸੀ ਨਾ, ਤੇਰੀ ਜਪੀ ਹੋਈ ਬਾਣੀ ਨੇ, ਤੇਰੇ ਜਪੇ ਹੋਏ ਰੰਗ ਨੇ, ਤੇਰੇ ਜਪੇ ਹੋਏ ਨਾਮ ਨੇ ਕੀ ਰੰਗ ਲਿਆਉਣਾ, ਉਹ ਦੋ ਸਾਲ ਦਾ ਦੁੱਖ ਦੋ ਮਹੀਨੇ ਦਾ ਵੀ ਹੋ ਸਕਦਾ, ਕੀ ਰੰਗ ਲਿਆਉਣਾ ਦੋ ਹਫ਼ਤਿਆਂ ਦਾ ਵੀ ਹੋ ਸਕਦਾ, ਤੇਰੇ ਜਪੇ ਹੋਏ ਨਾਮ ਨੇ ਕੀ ਰੰਗ ਲਿਆਉਣਾ ਦੋ ਦਿਨ ਦਾ ਵੀ ਹੋ ਸਕਦਾ, ਦੋ ਮਿੰਟ ਦਾ ਵੀ ਹੋ ਸਕਦਾ, ਤੇ ਦੋ ਸੈਕਿੰਡ ਦਾ ਹੋ ਕੇ ਵੀ ਨਿਕਲ ਸਕਦਾ। ਆਖੋ ਸਤਨਾਮ, ਸੱਚਾਈ ਸ੍ਰੀ ਅਕਾਲ, ਸੱਚਾਈ ਰਹੀ। ਇੱਕ ਠੋਡੇ ਦੇ ਵਿੱਚ ਹੀ, ਇੱਕ ਠੋਡੇ ਦੇ ਵਿੱਚ ਹੀ ਤੇਰਾ ਸਾਲ ਦਾ ਦੁੱਖ ਖਤਮ ਕਰ ਸਕਦੇ। ਮਤਲਬ ਇੱਕ ਠੋਡਾ ਵਜਿਆ ਨਾ, ਮੰਨ ਲਓ ਪੱਥਰ ਦੇ ਨਾਲ ਹੀ ਠੋਡਾ ਵੱਜ ਗਿਆ ਪੈਰ ਦਾ, ਮਾੜਾ ਜਿਹਾ ਲਹੂ ਨਿਕਲ ਆਇਆ, ਚਾਰ ਬੂੰਦਾਂ ਲਹੂ ਦੀ ਨਿਕਲੀਆਂ, ਅੱਧਾ ਘੰਟਾ ਪੀੜ ਹੁੰਦੀ ਰਹੀ, 30 ਮਿੰਟ ਪੀੜ ਹੁੰਦੀ ਰਹੀ। ਸਾਧ ਸੰਗਤ 30 ਮਹੀਨਿਆਂ ਦਾ ਦੁੱਖ ਹੋ ਸਕਦਾ ਸੀ, ਉਹ 30 ਮਿੰਟ ਦੇ ਵਿੱਚ ਮਹਾਰਾਜ ਨੇ ਕੱਟ ਕੇ ਪਾਸੇ ਕਰ ਦਿੱਤਾ, ਹੈ ਨਾ ਜੀ। ਮੇਰਾ ਯਕੀਨ ਹੈ, ਯਕੀਨ ਹੈ ਸਾਧ ਸੰਗਤ,
ਪਤਾ ਨਹੀਂ ਕਿੰਨੀ ਦੇਰ ਹਸਪਤਾਲ 'ਚ ਰੀ ਰੀ ਕਰਕੇ ਮਰਦਾ ਰਹਿੰਦਾ, ਉਹ ਨਾਮ ਜਪ ਕੇ ਬੰਦਗੀ ਕਰਕੇ ਉਹ ਵੇਲਾ ਹੀ ਕੱਟਿਆ ਗਿਆ, ਉਹ ਵੇਲਾ ਹੀ ਖਾਲੀ ਪੱਲਾਂ ਦਾ ਰਹਿ ਗਿਆ, ਪੱਲਾਂ ਦਾ ਰਹਿ ਗਿਆ। ਆਪਾਂ ਕਈ ਵਾਰੀ ਸਤਸੰਗਤ ਕੋਈ ਕੰਮ ਕਰਦੇ ਹੁੰਦੇ ਹਾਂ, ਕੋਈ ਸੂਈ ਲੱਗ ਜਾਂਦੀ, ਕੋਈ ਆਹ ਹੋ ਜਾਂਦਾ, ਮਾੜਾ ਜਿਹਾ ਸੱਟ ਲੱਗਦੀ, ਬੰਦਾ ਦੋ ਦਿਨ ਉਹਨੂੰ ਲੈ ਕੇ ਬੈਠਾ ਰਹਿੰਦਾ, ਆਹ ਕਿਉਂ ਹੋ ਗਿਆ। ਓਏ ਆਹ ਪੋਜ਼ਿਟਿਵ ਵੇ ਦੇ ਨਾਲ ਸੋਚ, ਪਤਾ ਨਹੀਂ ਕਿਤਨੀ ਵੱਡੀ ਕਿਤਨੀ ਛੋਟੀ ਹੋ ਕੇ ਲੰਘ ਗਈ ਆ। ਸਤਨਾਮ, ਖੇੜੇ ਜੇ ਰਹੋਗੇ ਜਦੋਂ ਪੋਜ਼ਿਟਿਵ ਵੇ ਦੇ ਨਾਲ ਸੋਚੋਗੇ, ਪਤਾ ਨਹੀਂ ਕਿੰਨੀ ਵੱਡੀ ਸੀ ਛੋਟੀ ਹੋ ਕੇ ਲੰਘ ਗਈ। ਮੈਂ ਤੁਹਾਨੂੰ ਦੱਸੀ ਸੀ ਨਾ ਗੱਲ ਇੱਕ ਵਾਰ, ਕਿਤੇ ਉਹ ਭੈਣ ਆ ਕੇ ਮੈਨੂੰ ਕਹਿੰਦੀ, ਬੀਬੀ ਇੱਕ ਕਹਿੰਦੇ ਜੀ ਪਤਾ ਨਹੀਂ ਰੱਬ ਨੇ ਕੈਸੀ ਕਿਸਮਤ ਲਿਖੀ ਹੈ। ਪਹਿਲੀ ਗੱਲ ਤਾਂ ਸਮਝਿਓ ਕਿ ਰੱਬ ਕਿਸਮਤ ਨਹੀਂ ਲਿਖਦਾ ਜੀ, ਆਖੋ ਸਤਨਾਮ। ਕਿਸਮਤ ਸਾਡੀ ਅਸੀਂ ਆਪ ਲਿਖਦੇ ਹਾਂ, ਲਿਖਾਰੀ ਉਹ ਹੈ ਸਤਸੰਗ, ਜੋ ਲਿਖਾਨੇ ਆ ਉਹ ਲਿਖਦਾ ਜੀ, ਸਾਡੇ ਕਰਮ ਸਾਡੀ ਕਿਸਮਤ ਬਣਦੀ ਹੈ। ਆਖੋ ਸਤਨਾਮ। ਸਿੱਧੀ ਲੈਂਗੁਏਜ 'ਚ ਮੈਂ ਬੋਲ ਰਿਹਾ, ਸਾਡੇ ਕੀਤੇ ਹੋਏ ਕਰਮ ਸਾਡੇ ਭਾਗੇ ਨੇ, ਸਾਡੇ ਕਰਮ ਤੈਅ ਕਰਨਗੇ ਕਿ ਸਾਡਾ ਭਾਗ ਕੈਸਾ ਹੋਏਗਾ। ਜੇ ਕਰਮ ਹੀ ਤੁਸੀਂ ਮਾੜੇ ਕੀਤੇ ਨੇ ਸਤਸੰਗ, ਮਾੜੇ ਕੀਤੇ, ਰਵਾਂਦੇ ਰੇ, ਕਲਪਾਂਦੇ ਰੇ, ਦੁੱਖੀ ਵੰਡਦੇ ਰੇ, ਤਕਲੀਫਾਂ ਹੀ ਵੰਡਦੇ ਰੇ, ਤੇ ਤੁਹਾਡੇ ਭਾਗੇ ਕੀ ਉਦੇ ਹੋਣਗੇ? ਤੁਹਾਡੇ ਭਾਗੇ ਕੀ ਸੋਚਦੇ ਹੋ ਕਿ ਮਹਾਨ ਹੋਣਗੇ? ਕਿਉਂਕਿ ਮਹਾਰਾਜ ਕਹਿੰਦੇ ਨੇ, ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਮੰਦਾ, ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜਿਹੜਾ ਕੀਤਾ ਪਾਵਣਾ ਹੈ ਇਹ ਹੈ ਭਾਗਿਆ, ਕਹਿਣਾ ਸੁਣਨਾ ਜੀ, ਜਿਹੜਾ ਕੀਤਾ ਪਾਵਣਾ ਹੈ ਇਹ ਹੈ ਕਿਸਮਤ, ਇਹ ਹੈ ਤਕਦੀਰ। ਇਹ ਤਕਦੀਰ ਕਿਵੇਂ ਬਣੇਗੀ? ਮੰਦਾ ਚੰਗਾ ਆਪਣਾ, ਤੇਰਾ ਆਪਣਾ ਹੀ ਤੈਨੂੰ ਪਲਟ ਕੇ ਮਿਲਣਾ ਤੇਰੀ ਤਕਦੀਰ ਰੂਪ ਦੇ ਵਿੱਚ। ਆਖੋ ਸਾਧਨਾ, ਸੋਚ ਕੇ ਬੀਜਿਓ। ਉਹ ਬੀਬੀ ਕਹਿਣ ਲੱਗੀ, ਕਹਿੰਦੇ ਜੀ ਪਤਾ ਨੀ ਰੱਬ ਨੇ ਕਿਉਂ ਜੀ ਮੇਰੀ ਤਕਦੀਰ। ਮੈਂ ਵੀ ਸੁਣਦਾ ਰਿਹਾ, ਕਹਿੰਦੇ ਜੀ ਇੱਕ ਦੁੱਖ ਆਉਂਦਾ ਉਹ ਜਾਂਦਾ ਨਾਲ ਹੀ ਦੂਜਾ ਆ ਜਾਂਦਾ, ਉਹ ਜਾਂਦਾ ਨਾਲ ਹੀ ਤੀਜਾ ਆ ਜਾਂਦਾ। ਮੈਂ ਬੜੀ ਵਾਰੀ ਗੱਲ ਆਈ ਹੋਈ, ਉਹ ਜਾਂਦਾ ਚੌਥਾ ਆ ਜਾਂਦਾ। ਕਹਿੰਦੇ ਦੁੱਖਾਂ ਦੇ ਨਾਲ ਹੀ ਭਰੀ ਮੇਰੀ ਜ਼ਿੰਦਗੀ। ਮੈਂ ਕਿਹਾ ਬੀਬੀ ਸ਼ੁਕਰ ਕਰ, ਸ਼ੁਕਰ ਕਰ। ਕਹਿੰਦੇ ਜੀ ਕਿਸ ਚੀਜ਼ ਦਾ ਸ਼ੁਕਰ? ਕਿ ਇੰਨੇ ਦੁੱਖ ਆ ਰਹੇ ਨੇ? ਮੈਂ ਕਿਹਾ ਨਹੀਂ, ਸ਼ੁਕਰ ਇਸ ਚੀਜ਼ ਦਾ ਕਰ, ਆ ਰਹੇ ਨੇ ਨਾਲ ਨਾਲ ਜਾ ਰਹੇ ਨੇ। ਆਖੋ ਸਾਧਨਾ, ਨਾਲ ਨਾਲ ਜਾ ਰਹੇ ਨੇ। ਇੱਕ ਦੁੱਖ ਆਇਆ ਖੜ ਗਿਆ, ਦੂਜਾ ਵੀ ਆਇਆ ਖੜ ਗਿਆ, ਤੀਜਾ ਵੀ ਆਇਆ ਖੜ ਗਿਆ। ਝੱਲ ਲਾਂਗੇ, ਮਰ ਜਾਂਗੇ ਸਤਸੰਗ ਜੀ। ਆਵੇ ਨਿਕਲ ਜਾਵੇ, ਛੂ ਕੇ ਨਿਕਲ ਜਾਵੇ। ਭਾਗਾਂ ਵਾਲੇ ਆਖੋ ਸਤਨਾਮ, ਭਾਗਾਂ ਵਾਲਿਆਂ ਪਤਾ ਨੀ ਵੱਡੀਆਂ ਛੋਟੀਆਂ ਹੋ ਕੇ ਲੰਘੀ ਜਾਂਦੀਆਂ। ਸ਼ੁਕਰ ਹੈ ਯਾਰ, ਸ਼ੁਕਰ। ਸਿੱਧੀ ਜੀ ਭਾਸ਼ਾ 'ਚ ਮੈਂ ਗੱਲ ਕਰ ਰਿਹਾ, ਤੇ ਜੇ ਕਿਤੇ ਆ ਕੇ ਖੜ ਗਿਆ, ਮਾਰ ਲੋ ਵਾਹਿਗੁਰੂ ਨਾ ਕਰੇ, ਮੈਂ ਫਿਰ ਕਹਿ ਰਿਹਾ ਵਾਹਿਗੁਰੂ ਨਾ, ਕਿਸੇ ਨੂੰ ਪੈਰਾਲਾਈਸਿਸ ਦਾ ਅਟੈਕ ਆਇਆ ਔਰ ਦੋਨੋਂ ਪਾਸੇ ਦਾ ਅਟੈਕ ਆ ਗਿਆ, ਦੋਨੋਂ ਹੱਥ ਖਤਮ, ਦੋਨੋਂ ਪੈਰ ਖਤਮ, ਜ਼ਬਾਨ ਖਿੱਚੀ ਗਈ, ਹੁਣ ਬੋਲੋ, ਹੁਣ ਬੋਲੋ,
ਹੁਣ ਸਾਲ ਹੈ, ਦੋ ਸਾਲ ਹੈ, ਤਿੰਨ ਸਾਲ ਹੈ, ਚਾਰ ਸਾਲ ਹੈ, ਪੰਜ ਸਾਲ ਹੈ, ਆ ਚੰਗਾ ਕੀ ਆਇਆ ਨਿਕਲ ਗਿਆ ਉਹ ਚੰਗਾ, ਆਖੋ ਸਤਨਾਮ ਹੈਜੀ, ਆਇਆ ਨਿਕਲ ਗਿਆ ਉਹ ਚੰਗਾ ਕਿ ਰੁਕ ਗਿਆ ਉਹ ਚੰਗਾ। ਆ ਫੌਜੀ ਸਾਹਿਬ ਦੀ ਮੈਂ ਗੱਲ ਸੁਣਾਇਆ ਕਰ, ਸਾਹਮਣੇ ਹੀ ਹੈ ਐਗਜ਼ਾਮਪਲ ਸਾਡੀ ਸਾਹਮਣੇ। ਅੱਜ ਵੀ ਆਇਆ ਕਰਦੇ ਨੇ ਸਾਧ, ਥੋੜ੍ਹੀ ਜਿਹੀ ਸਰੀਰਕ ਹੁਣ ਕਾਫੀ ਬਜ਼ੁਰਗ ਹੋ ਚੁੱਕੇ ਨੇ, ਪਰ ਅੱਜ ਵੀ ਉਹਨਾਂ ਦੀ ਆਵਾਜ਼ ਸਾਧਕ ਖੜਕਦੀ ਆਵਾਜ਼ ਹੈ, ਜਦੋਂ ਸੰਗਤ 'ਚ ਬੈਠੇ ਹੁੰਦੇ ਵਾਹਿਗੁਰੂ ਕਰਦੇ ਖੜਕਦੀ ਆਵਾਜ਼ ਹੈ ਪੂਰੀ। ਫੌਜੀ ਇਨਸਾਨ ਫੌਜੀ ਨੇ, ਪੈਰਾਲਾਈਸਿਸ ਦਾ ਅਟੈਕ ਹੋਇਆ, ਹਾਲੇ ਸਿਮਰਨ ਸਾਧਨਾ ਗੁਰਦੁਆਰੇ ਸਾਹਿਬਾਨਾਂ 'ਚ ਹੁੰਦੀ ਸੀ, ਸਭ ਤੋਂ ਉੱਚੀ ਆਵਾਜ਼ ਉਹਨਾਂ ਦੀ ਹੁੰਦੀ, ਜਿਹੜੇ ਪੁਰਾਣੇ ਬੈਠੇ ਨੇ ਪਤਾ ਉਹਨਾਂ ਨੂੰ, ਸਭ ਤੋਂ ਉੱਚੀ ਆਵਾਜ਼ ਫੌਜੀ ਸਾਹਿਬ ਦੀ ਹੁੰਦੀ ਸੀ, ਵਾਹਿਗੁਰੂ 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 ਏਦਾਂ ਉੱਚੀ ਉੱਚੀ। ਤੇ ਮੈਨੂੰ ਕਈ ਵਾਰੀ ਸਾਧ ਸੰਗਤ ਸਿੰਘਾਂ ਨੂੰ ਕਹਿਣਾ ਪੈਂਦਾ, ਉਹ ਮਾੜਾ ਜਿਹਾ ਇਹਨਾਂ ਥੋੜ੍ਹਾ ਹੋਲੀ ਕਰਾਓ, ਥੋੜ੍ਹੀ ਲੈ ਤਾਲੀ ਮੇਰੀ ਵਿਗੜ ਜਾਂਦੀ, ਮਤਲਬ ਇੰਨਾ ਉੱਚੀ ਉਹ ਵਾਹਿਗੁਰੂ ਵਾਹਿਗੁਰੂ ਇਹਦਾ ਜੋਸ਼ ਦੇ ਨਾਲ ਬੋਲਦੇ। ਕਰਮਾਂ ਦੀ ਖੇਡ ਸਾਧ ਸੰਗਤ, ਪੈਰਾਲਾਈਸਿਸ ਅਟੈਕ ਆਇਆ, ਔਰ ਅਟੈਕ ਬਹੁਤ ਭਾਰੀ ਸੀ, ਬਹੁਤ ਭਾਰੀ। ਸੀ ਐਮ ਸੀ ਐਡਮਿਟ ਕਰਾਇਆ ਗਿਆ, ਦਾਸ ਬਾਰ ਸੀ, ਮੈਨੂੰ ਸੂਚਨਾ ਮਿਲੀ, ਕਿਉਂਕਿ ਬਹੁਤ ਨਿਰਮਲ ਰੂਪ, ਬੜੀ ਪਿਆਰੀ ਰੂਪ ਸਾਧ ਸੰਗਤ। ਮੈਂ ਕੁਝ ਦਿਨਾਂ ਬਾਅਦ ਜਦੋਂ ਆਇਆ, ਉਹਨਾਂ ਦੀ ਬਿਟੀਆਂ ਨੇ ਸਾਧ ਸੰਗਤ, ਉਹਨਾਂ ਦੀ ਧੀ ਰਾਣੀ ਨੇ ਮੈਨੂੰ ਦੱਸਿਆ, ਭੈਣ ਸਾਡੀ ਨੇ, ਉਹ ਕਹਿਣ ਲੱਗੇ ਜੋ ਸਾਰੀ ਗੱਲ ਮੈਂ ਪੁੱਛੀ ਆ ਕੇ, ਪਹਿਲੇ ਮੈਂ ਹੁਣ ਫੌਜੀ ਸਾਹਿਬ ਨੂੰ ਪੁੱਛਿਆ, ਮੈਂ ਫੌਜੀ ਸਾਹਿਬ ਕੀ ਹਾਲ ਹੈ, ਤੇ ਹਾਲੇ ਆਵਾਜ਼ ਸਾਫ਼ ਨਹੀਂ ਸੀ, ਆਵਾਜ਼ ਖਿੱਚੀ ਗਈ ਸੀ, ਹੱਥ ਪੈਰ ਖਿੱਚੇ ਗਏ ਸੀ, ਆਉਂ ਬਾਂਹ ਚੱਕ ਕੇ ਹੋਲੀ ਜਗਨ ਚੜ੍ਹਦੀ ਕਲਾ ਇੱਥਾਂ ਗਈ। ਮੈਂ ਕਹਿ ਲੈ ਸੁਭਾਅ ਕਮਾਲ ਕਰਦਾ, ਮੰਜੇ ਤੇ ਪਿਆ ਹੋਵੇ ਬੰਦਾ ਸਾਧ ਸੰਗਤ, ਜਵਾਨ ਖਿੱਚੀ ਹੋਵੇ, ਹੱਥ ਪੈਰ ਐਂ ਹੋਏ ਹੁਣ, ਤੇ ਕਹਿੰਦੇ ਚੜ੍ਹਦੀ ਕਲਾ। ਮੈਂ ਕਿਹਾ ਬਾਈ ਆ ਜੇ ਗੁਰਸਿੱਖੀ, ਆ ਹੈ ਸਪਿਰਿਟ, ਨਹੀਂ ਤਾਂ ਬੰਦਾ ਮੈਂ ਏਡਾ ਨਾਮ ਜਪਿਆ, ਮੈਂ ਏਡਾ ਅੰਮ੍ਰਿਤ ਵੇਲਾ ਕੀਤਾ, ਆ ਮੇਰੇ ਨਾਲ ਕੀ ਬਣ ਗਿਆ ਮੇਰੇ ਨੂੰ, ਇਹ ਹੁੰਦੀ ਢੀਂਦੀ ਕਲਾ। ਤੇ ਜਿਹੜਾ ਉਹ ਜਵਾਬ ਦਿੱਤਾ ਉਹ ਚੜ੍ਹਦੀ ਕਲਾ, ਖੜਕਦੀ ਆਵਾਜ਼ ਚ ਕਹਿੰਦੇ ਚੜ੍ਹਦੀ। ਫੌਜੀ ਸਾਹਿਬ ਸਵਾਲ ਆ, ਫਿਰ ਉਹਨਾਂ ਦੇ ਜਿਹੜੇ ਬਿਟੀਆਂ ਨੇ ਦੱਸਿਆ ਸਾਧ ਸੰਗਤ, ਕਹਿੰਦੇ ਵੀਰ ਜੀ ਜਦੋਂ ਇਹਨਾਂ ਨੂੰ ਅਟੈਕ ਹੋਇਆ ਆਪਾਂ ਆਏ, ਹੁਣ ਸਾਰਾ ਟ੍ਰੀਟਮੈਂਟ ਹੁੰਦਾ ਰਿਹਾ, ਪਤਾ ਨਹੀਂ ਹੁਣ ਦੁਪਹਿਰੇ ਹੋਇਆ ਸੀ ਉਹਨਾਂ ਨੂੰ ਅਟੈਕ ਕੀ, ਪਤਾ ਨਹੀਂ ਸਵੇਰੇ ਹੋਇਆ ਕਿਵੇਂ, ਤੇ ਪੂਰਾ ਟ੍ਰੀਟਮੈਂਟ ਚੱਲਦਾ ਰਿਹਾ, ਰਾਤ ਪਈ, ਹੁਣ ਰਾਤ ਪਈ ਉਹਨਾਂ ਨੂੰ 2 ਵਜੇ ਉੱਠਣ ਦੀ ਆਦਤ ਸੀ, 1:30-2 ਵਜੇ ਉੱਠਣ ਦੀ, ਉਹ ਸਾਧ ਸੰਗਤ ਆਪਣੇ ਹਿਸਾਬ ਦੇ ਨਾਲ ਉੱਠ ਕੇ ਬਹਿ ਗਏ, ਔਰ ਬਹਿ ਗਏ ਤੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਇੰਨੀ ਇੱਕ ਤਾਂ ਰਾਤ ਦਾ ਵੇਲਾ, ਇੱਕ ਵਾਰਡ ਸਾਧਕ ਵਾਰਡ ਦੇ ਨਾਲ ਵਾਰਡ ਜੁੜਿਆ ਪਿਆ ਸਾਰਾ, ਜਦੋਂ ਇਹਨਾਂ ਨੂੰ ਉੱਚੀ ਉੱਚੀ ਸਾਰਾ ਭਾਜੜਾ ਪੈ ਗਈ ਹੈ, ਨਰਸਾਂ ਨੂੰ ਹੋਰ ਸਾਰਿਆਂ ਨੂੰ, ਉਹ ਜਿਹੜੇ ਨਾਲ ਬੈਠੇ ਉਹ ਵੀ ਡਰ ਕੇ ਬਹਿ ਗਏ, ਉੱਠ ਗਏ, ਉਹ ਸਰਦਾਰ ਸਾਹਿਬ ਨੂੰ ਕੀ ਹੋ ਗਿਆ ਵੀ ਸਾਰੇ ਭੱਜੇ ਆਏ, ਤੇ ਇਹ ਬੈਠੇ ਹੋਏ ਵਾਹਿਗੁਰੂ ਵਾਹਿਗੁਰੂ ਵਾਹਿ ਕਰੀ ਜਾ ਰਹੇ ਨੇ, ਆਖੋ ਸਤਨਾਮ। ਇਹ ਕਮਾਲ ਹੈ, ਪੈਰਾਲਾਈਸਿਸ ਦਾ ਅਟੈਕ ਹੈ, ਜਿੱਦਾਂ ਵੀ ਉਹਨਾਂ ਕੋਲ ਬੋਲਿਆ ਜਾ ਰਿਹਾ ਸੀ, ਜਿੱਦਾਂ ਵੀ ਆਵਾਜ਼ ਸਾਫ਼ ਨਹੀਂ ਸੀ, ਪਰ ਵਾਹਿਗੁਰੂ ਵਾਹਿਗੁਰੂ ਕਾਇਮ ਹੋ ਕੇ ਸਾਧ ਸੰਗਤ ਜਿੰਨਾ ਕੁ ਬੈਠਿਆ ਗਿਆ, ਜਿੰਨਾ ਕੁ ਉਹਨਾਂ ਬਲ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਯਕੀਨ ਜਾਣਿਆ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਬੋਲ ਰਿਹਾ, ਜੇ ਆਉਂਦੇ ਨੇ ਪੁੱਛ ਲਿਓ ਉਹਨਾਂ ਕੋਲ, ਸਾਧ ਸੰਗਤ ਜਿਸ ਮੁਤਾਬਕ ਅਟੈਕ ਪਿਆ ਸੀ ਨਾ ਉਹਨਾਂ ਨੂੰ, ਉਹ ਨਹੀਂ ਉੱਠ ਸਕਦੇ ਸੀਗੇ, ਮੇਰਾ ਖਿਆਲ ਸਾਲ ਭਰ ਨਹੀਂ ਉੱਠ ਸਕਦੇ ਸੀ, ਪਰ ਯਕੀਨ ਜਾਣਨਾ ਆ ਸਿਮਰਨ ਦੇ ਸਦਕਾ, ਅੰਮ੍ਰਿਤ ਵੇਲੇ ਦੇ ਸਦਕਾ, ਨਾਮ ਦੇ ਸਦਕਾ, ਸਾਧਕ ਇੱਕ ਹਫਤੇ ਦੇ ਅੰਦਰ ਅੰਦਰ ਰਾਜੀ ਹੋ ਕੇ ਸੰਗਤ 'ਚ ਬੈਠ ਕੇ ਨਾਮ ਜਪਦੇ ਪਏ ਸਨ। ਆਖੋ ਸਤਨਾਮ, ਆ ਹੈ ਨਾਮ ਦੀ ਤਾਕਤ। ਸੋਨਿਆ
ਅਕਾਲ ਤੋਲੀਆ ਨਾਲ ਲੈ ਕੇ ਆਉਂਦੇ ਸੀ ਥੋੜਾ ਬੋਲਦੇ ਸੀ ਤੇ ਹਲਕਾ ਹਲਕਾ ਇੱਥੋਂ ਮਾਮੂਲੀ ਜਿਹਾ ਹਲਕਾ ਥੁੱਕ ਨਿਕਲਦਾ ਸੀ ਬਾਕੀ ਸਭ ਕਾਇਮ ਚੱਲ ਚੱਲ ਸਕਦੇ ਸੀ ਹੱਥ ਸਾਹਿਬ ਬਿਲਕੁਲ ਕਾਇਮ ਮੈਂ ਫੌਜੀ ਸਾਹਿਬ ਕਮਾਲ ਕਰਦੀ ਕਹਿੰਦੇ ਤੁਸੀਂ ਕਹਿੰਦਾ ਸੀ ਨਾਮ ਵਰਤਦਾ ਦੇਖੋ ਵਰਤ ਗਿਆ ਪਤਾ ਨਹੀਂ ਇੱਕ ਸਾਲ ਦਾ ਉਹ ਲੰਮਾ ਪੈਣਾ ਸੀ ਕਿ ਦੋ ਸਾਲ ਦਾ ਲੰਮਾ ਪੈਣਾ ਹੀ ਰੱਬ ਜਾਣੇ ਤਿੰਨ ਸਾਲ ਕਿ ਚਾਰ ਸਾਲ ਉੱਠਣਾ ਹੀ ਨਹੀਂ ਸੀ ਮੰਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਇੱਦਾਂ ਮਹਾਰਾਜ ਨੇ ਚੁੱਕ ਕੇ ਮਾਰਿਆ ਉਹ ਵੱਡਾ ਦੁੱਖ ਛੋਟਾ ਹੋ ਕੇ ਕਢਾਤਾ ਕੀ ਕਹੋਗੇ ਇਹਨੂੰ ਜੀ ਸਾਹਮਣੇ ਸਾਡੇ ਸਾਹਮਣੇ ਆਉਂਦੇ ਨੇ ਪੁੱਛ ਲਿਓ ਕਰਮਾਂ ਵਾਲਿਓ ਆਹ ਅਰਦਾਸਾਂ ਕਰੀਏ ਮਹਾਰਾਜ ਦੇ ਅੱਗੇ ਪਾਤਸ਼ਾਹ ਜਪ ਕੇ ਹੀ ਕਟਾ ਦਿਓ ਆਖੋ ਸਤਨਾਮ ਇੱਕ ਹੁੰਦਾ ਭੋਗ ਕੇ ਕੱਟਣਾ ਇੱਕ ਹੁੰਦਾ ਜਪ ਕੇ ਕੱਟਣਾ ਮਹਾਰਾਜ ਜਪ ਕੇ ਹੀ ਕਟਵਾ ਦਿਓ ਭੋਗ ਕੇ ਕਾਹਦਾ ਕੱਟਣਾ ਭੋਗ ਕੇ ਕੱਟਣ ਦਾ ਮਤਲਬ ਜੇ 6 ਸਾਲ ਦਾ ਲਿਖਿਆ ਤੇ 6 ਸਾਲ ਹੀ ਭੋਗਣਾ ਪੈਣਾ ਤੇ ਜਪ ਕੇ ਕੱਟਣਾ ਤੇ 6 ਸਾਲ ਦਾ ਹੋ ਸਕਦਾ 6 ਦਿਨ 6 ਦਿਨ ਚ ਅਸੀਂ ਹਮਸੀ ਤੋਂ ਵਾਪਸ ਆ ਗਏ ਸੰਗਤ ਦੇ ਵਾਹਿਗੁਰੂ 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 ਕਰੀ ਵਾਹਿ ਪੂਰਾ ਨਹੀਂ ਨਿਕਲਦਾ ਸੀ ਉਦੋਂ ਹੁਣ ਪੂਰਾ ਕਾਇਮ ਹੋ ਕੇ ਬੈਠੇ ਨੇ ਅੱਜ ਵੀ ਜਦੋਂ ਆਉਂਦੇ ਨੇ ਸਾਧ ਸੰਗਤ ਜੀ ਪੂਰਾ ਕਾਇਮ ਹੋ ਕੇ ਬੈਠਦੇ ਨੇ ਕਾਇਮ ਹੋ ਕੇ ਉਹਨਾਂ ਦੀ ਆਵਾਜ਼ ਨਿਕਲਦੀ ਹੈ ਦੁੱਖ ਰੋਗ ਸੰਤਾਪ ਉਤਰੇ ਸੋਣੀ ਸੱਚੇ ਪਾਤਸ਼ਾਹ ਕਿਰਪਾ ਕਰ ਮਾਲਕ ਅਸੀਸ ਦੇਣ ਬਖਸ਼ਿਸ਼ ਕਰਨ ਸਾਧ ਸੰਗਤ ਜੀ ਕਿ ਨਿਤ ਆਪਾਂ ਇਹਦਾ ਨਾਮ ਜਪਦੇ ਰਹੇ